ਤੁਸੀਂ ਆਵੋਗੇ ਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਗੱਡੀ ਵਿੱਚ ਬੈਠੀ ਹੋਈ ਹਾਂ ਇਸ ਟਾਈਮ ਕਿਉਂਕਿ ਅਸੀਂ ਸੋਚਿਆ ਅਸੀਂ ਅੱਜ ਜਾਂਦੇ ਹਾਂ ਕਿਤੇ ਘੁੰਮਣ ਤੇ ਨਾਲ ਥੋੜੀ ਬਹੁਤ ਅਸੀਂ ਸ਼ਾਪਿੰਗ ਕਰ ਲਾਂਗੇ ਤੇ ਇੱਕ ਪਲਾਨ ਅਸੀਂ ਬਣਾਇਆ ਆਪਾਂ ਟਿਮ ਹੋਟਲ 'ਚ ਜਾਂਦੇ ਹਾਂ ਕਾਫੀ ਪੀਣ ਹਾਂਜੀ ਤੇ ਵੈਸੇ ਮੈਂ ਤਾਂ ਟਿਮ ਪਹਿਲੀ ਵਾਰ ਟਰਾਈ ਕਰਨਾ ਅੱਜ ਬਟ ਇਹਨਾਂ ਨੇ ਸ਼ਾਇਦ ਕਿੱਦਾਂ ਆਇਆ ਕਿੱਦਾਂ ਆਇਆ ਹਾਂਜੀ ਅਸੀਂ ਪੀਤੀ ਹੋਈ ਆ ਕਾਫੀ ਕਿਦਾਂ ਦੀ ਆ ਕਾਫੀ ਵਧੀਆ ਹੈ ਕੈਂਟ ਆ ਓਕੇ सही गल है जाके एक बार इन्हां दे व्लॉग विच चेक जरूर करना जिहड़ा असीं होली दा व्लॉग पाया होया बड़ैल गए जो इन्होंने व्लॉग विच देखियो उधरों दीदी ने शॉपिंग करनी सी थोड़ी बहुत मैं भी कर रही उधरों हूं आप इतने बाई च आ चुके हैं इतने आप देखांगे वैसे पिछली बार भी आप इतने आए सी ना ਫੋਨ ਦਾ ਕਵਰ ਵਗੈਰਾ ਵੀ ਦੇਖਾਂਗੇ ਮੈਨੂੰ ਥੋੜਾ ਬਹੁਤ ਯਾਦ ਆ ਗਿਆ ਸੀਗਾ ਅੱਛਾ ਤੇ ਪਿਛਲੀ ਵਾਰ ਵੀ ਆਪਾਂ ਇੱਥੇ ਆਏ ਸੀਗੇ ਤੇ ਹੁਣ ਮੈਂ ਸ਼ਾਪਿੰਗ ਕਰਾਂਗੀ ਤੇ ਵਹਿ ਦੀਦੀ ਨੇ ਨਾ ਇੱਥੇ ਆ ਕੇ ਭਈਆ ਨੂੰ ਕਿਹਾ ਕਿ ਮੈਨੂੰ ਨਾ ਰੋਕ ਲਿਓ ਸ਼ਾਪਿੰਗ ਕਰਨ ਤੋਂ ਤੇ ਭਈਆ ਚੁੱਪ ਮੈਂ ਕਿਹਾ ਫਾਇਦਾ ਤਾਂ ਕੋਈ ਹੋਣਾ ਨਹੀਂ ਦੀਦੀ ਤੁਸੀਂ ਕਹਿੰਦੇ ਪਿਓ ਕਿੱਦਾਂ ਕਰਦੇ ਮੈਂ ਕਿਹਾ ਸੀ ਵੀ ਮੈਨੂੰ ਨਹੀਂ ਸੀਰੀਅਸਲੀ ਮੈਂ ਸ਼ਾਪਿੰਗ ਨਹੀਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿਉਂਕਿ ਕੁੜੀਆਂ ਕੋ ਨਹੀਂ ਕੰਟਰੋਲ ਹੁੰਦਾ ਸ਼ਾਪਿੰਗ ਕਰਨ ਵਿੱਚ ਬਸ ਇਹ ਕਹਿਣਾ ਚਾਹੀ ਤਾਂ ਹੀ ਉਹ ਤਾਂ ਮੈਂ ਉੱਥੇ ਵੀ ਕਰ ਲਈ ਉੱਥੇ ਹਲੇ ਮੇਰਾ ਕੋਈ ਕੰਮ ਨਹੀਂ ਸੀ ਨਾ ਹੀ ਉੱਥੇ ਮੈਂ ਸ਼ਾਪਿੰਗ ਕਰਨੀ ਸੀਗੀ ਮੈਂ ਅਚਾਨਕ ਹੀ ਮੈਂ ਕਿਹਾ ਮੇਰਾ ਵੀ ਦਿਲ ਕਰਦਾ ਪਿਆ ਤੇ ਮੈਂ ਵੀ ਕਰ ਲਈ ਤੇ ਹੁਣ ਇੱਥੇ ਕਰਾਂਗੇ ਇਸ ਤੋਂ ਬਾਅਦ ਅਸੀਂ ਕੁੜੀ ਨੂੰ ਵੇਖ ਕੇ ਦੂਜੀ ਕੁੜੀ ਦੇ ਰੁਕ ਸਕਦਾ ਸ਼ਾਪਿੰਗ ਤੋਂ ਕਦੀ ਵੀ ਨਹੀਂ ਵੈਸੇ ਵੀ ਜਿੱਥੇ ਦੋ ਕੁੜੀਆਂ ਹੋਣ ਨਾ ਉੱਥੇ ਚੀਜ਼ ਜ਼ਿਆਦਾ ਲੈਤੀ ਰਹਿੰਦੀ ਆ ਔਰ ਆਪਸ਼ਨ ਵਾਧੂ ਹੋ ਜਾਂਦਾ ਨਾ ਫਿਰ ਜਿੱਦਾਂ ਹੈ ਨਾ ਵੀ ਇੱਕ ਦੂਜੇ ਦੇ ਨਾਲ ਆਪਾਂ ਦਿਖਾ ਦਿੰਦੇ ਵੀ ਹਾਂ चलो फोटो दीदी ने दिखाया बड़ा सोना सही गल बिलकुल चार्जर वाले भी सोने मेरा इथो कवर पसंद कर दे ऐसा कुछ है भैया मिलता जुलता कुछ औखा ही लगता पा मेनू दीदी
सो गाइस मैं तो दीदी ने सेम सेम कवर लेते हैं। बस तेरे डार्क है तो मेरा लाइट कलर जा थोड़ा जा। हां उधर सोना लगता पहन पाया है ना। हां भैया का फोन भाई ये ना सारे सोने हैं ये अभी बढ़िया घर है ना। हां थोड़े से कैरी करने वास्ते में। हां ਆਪਾਂ ਕੈਰੀ ਕਰਨੇ ਜਿਹੜੇ ਸੌਖੇ ਹੋ ਚੁੱਕਨੇ ਆ। ਹਾਂਜੀ ਇਸ ਤੋਂ ਬਾਅਦ ਆਪਾਂ ਫਿਰ ਹੋਰ ਵੀ ਵੇਖ ਲੈਂਦੇ ਹਾਂ ਥੋੜ੍ਹਾ ਬਹੁਤ ਹੈ ਨਾ ਦੀਦੀ। ਹਾਂਜੀ ਥੋੜ੍ਹਾ ਬਹੁਤ ਹੋਰ ਵੀ ਵੇਖ ਲੈਂਦੇ ਹਾਂ ਕੁਛ। ਹਾਂ ਉਸ ਤੋਂ ਬਾਅਦ ਨਿਕਲਾਂਗੇ। ਦੇਖ ਲਓ ਮਾਰਕੀਟ ਕਿੰਨੀ ਲੱਗੀ ਹੋਈ ਹੈ ਵੈਸੇ ਤੇ ਮੇਰਾ ਤਾਂ ਦਿਲ ਕਰਦਾ ਪਿਆ ਕਿ ਇੱਥੋਂ ਸਾਰਾ ਸਮਾਨ ਚੁੱਕ ਲਈਏ ਆਪਾਂ। ਪਰ ਹਿਮਾਨੀ ਬਸ ਕਰ ਗਈ ਇੱਕ ਕੁੜਤਾ ਲੈ ਕੇ ਤੇ ਇੱਕ ਆਪਣਾ ਫੋਨ ਦਾ ਕਵਰ ਲੈ ਕੇ ਹੈ ਨਾ। ਨੇ ਪਹਿਨ ਲਈ ਹੈ। ਹਾਂ ਸੱਚ ਬੀਓ ਲਿੱਤਾ ਹੈ ਨਾਲ ਟੀ-ਸ਼ਰਟ ਲਿੱਤੀ ਹੈ ਜਿਹੜੀ। ਹਾਂ ਸੱਚ ਟੀ-ਸ਼ਰਟ ਵੀ ਤਾਂ ਲਈ ਹੈ ਤੇ ਹਨਾ। ਹਾਂ ਇੰਨਾ ਕੁਝ ਤਾਂ ਲੈ ਆਂਦਾ। फालतू खर्चा नहीं करना। बिलकुल सही गल है यार। ਕਿਉਂਕਿ ਅਸੀਂ ਸ਼ਾਪਿੰਗ ਕਰਨ ਚ ਇੰਨਾ ਟਾਈਮ ਲਗਾ ਦਿੱਤਾ ਕਿ 8 ਵਜ ਗਏ ਨੇ ਤੇ 8:30 ਵਜੇ ਦੀ ਸਾਡੀ ਡਿਨਰ ਦੀ ਬੁਕਿੰਗ ਹੈਗੀ ਆ। ਹਾਂ ਸਾਨੂੰ ਲੱਗਦਾ ਸੀਗਾ ਵੀ ਚਲ 7 ਵਜੇ ਵਿਹਲੇ ਹੋ ਜਾਾਂਗੇ ਪਰ ਪਲੇਟ ਹੀ ਬੜਾ। ਇਸ ਕਰਕੇ ਸਾਨੂੰ ਹੁਣ ਆਪਣਾ ਟਿਮ ਕੈਨਸਲ ਕਰਨਾ ਪੈਣਾ। ਕੋਈ ਨਹੀਂ ਫਿਰ ਕਿਸੇ ਦਿਨ ਸਹੀ। ਹਾਂਜੀ ਐ ਤਾਂ ਗੱਲ ਸਹੀ ਆ ਆਪਾਂ ਫਿਰ ਕਿਸੇ ਦਿਨ ਚਲ ਜਾਵਾਂਗੇ ਤੇ ਡਿਨਰ ਕਰਨ ਅਸੀਂ ਚੱਲੇ ਆ ਬਾਰਬੀਕਿਊ ਨੇਸ਼ਨ। ਹਾਂ ਹਾਂਜੀ ਬਾਰਬੀਕਿਊ ਨੇਸ਼ਨ ਆਈ ਐਮ ਐਕਸਾਈਟਿਡ। ਉਹ ਮੇਰੇ ਅੱਜ ਪੈਰ ਹੀ ਨਹੀਂ ਜ਼ਮੀਨ ਤੇ ਲੱਗਦੇ ਪਏ। ਅੱਜ ਤੇ ਖੁਸ਼ ਆ ਹਨਾ। ਬਿਲਕੁਲ ਸ਼ਾਪਿੰਗ ਕਰਦੇ ਵੀ ਨਾ ਫਿਰ। ਹਾਂਜੀ ਸ਼ਾਪਿੰਗ ਕਰਕੇ ਵੈਸੇ ਹੀ ਖੁਸ਼ੀ ਮਿਲਦੀ ਆ ਕੁੜੀਆਂ ਨੂੰ। ਸਹੀ ਗੱਲ ਆ। ਤੇ ਭਈਆ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਨਹੀਂ ਜ਼ਿਆਦਾ ਖਰਚਾ ਕਰਾਇਆ ਅੱਜ। ਮੈਂ ਤਾਂ ਦੇਖ ਲਿਆ। ਮੈਂ ਕੁਝ ਨਹੀਂ ਦੇਖ ਲਿਆ। ਮੈਂ ਦੋ ਉਹੀ ਲੋਅਰ ਹੀ ਲੈ ਕੇ ਆਈ ਆ। ਹੋਰ ਤਾਂ ਨਹੀਂ ਕੁਝ ਵੀ ਲਿਆ ਮੈਂ। ਫੋਨ ਦਾ ਕਵਰ? ਬਸ ਫੋਨ ਦਾ ਕਵਰ ਲਿਆ ਹੋਰ ਕੁਝ ਨਹੀਂ ਲਿਆ। ਤਿੰਨ ਲੋਅਰ? ਤਿੰਨ ਕਵਰ ਲਏ ਦੋ ਲਏ ਆ। ਤਿੰਨ ਲਿੱਤੇ ਭੁੱਲ ਗਏ ਆਪ ਹੀ? ਦੋ ਪਹਿਲਾਂ ਵਾਲੇ ਕੋਲ ਲਿੱਤੇ। ਠੀਕ ਹੈ ਇੱਕ ਫਿਰ ਬਾਅਦ ਵਿੱਚ ਬਲੈਕ ਲਿੱਤਾ। ਓਏ ਹੋ ਵਾ ਵਾ ਭਈਆ ਨੂੰ ਸਭ ਯਾਦ ਹੁੰਦਾ ਹੈ। ਵਧੀਆ ਗੱਲ ਹੈ। ਤੇ ਹੁਣ ਆਪਾਂ ਉੱਥੋਂ ਨਿਕਲ ਚੁੱਕੇ ਤੇ ਰਸਤੇ ਵਿੱਚ ਵੀ ਕਾਫੀ ਰੌਣਕ ਹੈਗੀ ਆ ਵੈਸੇ। ਆਹ ਕਿਹੜੇ ਆਹ ਵੀ ਬਾਈ ਸੈਕਟਰ ਹੀ ਪੈਂਦਾ? ਅੱਛਾ ਬਾਈ ਸੈਕਟਰ ਹੈ ਯਾਰ ਆਹ ਬੜਾ ਸੋਹਣਾ। ਇਹ ਸਾਰੇ ਉਹ ਜਵੈਲਰਸ ਦੀ ਸ਼ਾਪਸ ਹੈ। ਹਾਂ ਸੁੰਦਰ ਹੈ ਸੁੰਦਰ ਹੈ। ਇੱਥੇ ਜਾਵਾਂਗੇ ਕਿਧਰ? ਹਾਂਜੀ ਆਵਾਂਗੇ ਸੂਨ। ਯੈਸ ਬਸ ਲਿਖੀਆਂ ਆਈਆਂ ਨੇ ਚੀਜ਼ਾਂ। ਹਾਂਜੀ ਹੈਪਨ ਕਰਨੀਆਂ ਨੇ। ਯੈਸ ਤੇ ਹੁਣ ਆਪਾਂ ਚੱਲੇ ਆ ਬਾਰਬੀਕਿਊ ਨੇਸ਼ਨ। ਉੱਥੇ ਜਾ ਕੇ ਆਪਾਂ ਡਿਨਰ ਕਰਾਂਗੇ ਉਸ ਤੋਂ ਬਾਅਦ ਸਿੱਧਾ ਘਰ। ਹਾਂਜੀ ਚਲੋ ਠੀਕ ਹੈ। ਕੀ ਕਰਨਾ? ਵੈਸੇ ਆ ਵੀ ਗੱਲ ਸਹੀ ਹੈ ਇੱਕੋ ਦਮ ਪਲਾਨ ਬਣਦਾ। ਪਹਿਲਾਂ ਆਪਣਾ ਟਿਮ ਦਾ ਪਲਾਨ ਸੀ ਆਪਾਂ ਡਿਨਰ ਦੀ ਵੀ ਬੁਕਿੰਗ ਨਾਲ ਹੀ ਕਰਾ ਦਿੱਤੀ ਤੇ ਹੁਣ ਆਪਾਂ ਟਿਮ ਦਾ ਕੈਨਸਲ ਕਰ ਦਿੱਤਾ। ਕੱਲ੍ਹ ਵੀ ਜਾਵਾਂਗੇ ਟਿਮ। ਕੱਲ੍ਹ ਹਾਈਦਾ ਕਰ ਲਾਂਗੇ ਆਪਾਂ। ਕੱਲ੍ਹ ਵੀ ਤਾਂ ਜਾਣਾ ਹੀ ਆ ਬਾਹਰ ਆਪਾਂ। ਨਾਲੇ ਮੈਂ ਥੋੜਾ ਜਿਹਾ ਸਮਾਨ ਲੈਣਾ ਹੀ ਆ। ਹਾਂਜੀ ਤੇ ਫਿਰ ਨਾਲੇ ਟਿਮ ਮੈਂ ਵੀ ਲੈਣਾ। ਤੂੰ ਵੀ ਲੈਣਾ? ਕੀ ਲੈਣਾ ਤੈਨੂੰ? ਜੋ ਤੁਸੀਂ ਲਓਗੇ। ਅੱਛਾ ਉੱਥੇ ਮੈਂ ਚੁੱਕ ਲਾਂਗੀ। ਹੁਣ ਦੇਖੋ ਨੇਲ ਪੇਂਟਸ ਵਗੈਰਾ ਤਾਂ ਮੇਰਾ ਕੁਝ ਹੈਗਾ ਸੀ। ਹਾਂ ਨਹੀਂ ਤੁਹਾਡੇ ਨਾਲ ਹੀ ਗਈ ਨਾ ਸਿਰਫ ਮੈਂ। ਹਾਂ ਤੇ ਤੁਹਾਡੇ ਨਾਲ ਨਾਲ ਮੈਂ ਵੀ ਲੈ ਲਈ। ਆਹੋ ਇਹ ਤਾਂ ਹੈ। ਇਹ ਅਨਪਲੈਨਡ ਹੈ ਸਭ। ਬਸ ਠੀਕ ਕੱਲ ਆਪਾਂ ਕੁਝ ਹੋਰ ਸਮਾਨ ਲੈ ਲਾਂਗੇ ਨਾਲੇ। ਠੀਕ ਹੈ ਨਾਲੇ ਟਿਮ ਚੱਲ ਜਾਵਾਂਗੇ। ਠੀਕ ਹੈ ਡਨ। ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਬਾਰਬੀਕਿਊ ਨੇਸ਼ਨ ਜਾ ਕੇ। ਸੋ ਗਾਇਸ ਅਸੀਂ ਹੁਣ ਬਾਰਬੀਕਿਊ ਨੇਸ਼ਨ ਆ ਚੁੱਕੇ ਹਾਂ ਤੇ ਇੱਧਰ ਤਿਆਰੀਆਂ ਵੀ ਪੂਰੀਆਂ ਆ ਗਈਆਂ ਨੇ ਤੇ ਭੁੱਖ ਇੰਨੀ ਕੁ ਜ਼ਿਆਦਾ ਲੱਗ ਚੁੱਕੀ ਹੈ ਕਿ ਪੇਟ ਕਿਸੇ ਕੋ ਵੀ ਨਹੀਂ ਹੁੰਦੀ ਪਈ। ਜ਼ਿਆਦਾ ਚੁੱਕੀ ਕਿ ਨੇ ਪੇਟ ਤੋਂ ਹਟ ਗਏ ਸਾਰਿਆਂ ਦੇ। ਅੱਜ ਕੋਈ ਵੀ ਅੱਗੇ ਪਿੱਛੇ ਨਹੀਂ ਹੈਗਾ। ਭੁੱਖ ਤਾਂ ਵੈਸੇ ਸੱਚੀ ਬਹੁਤ ਲੱਗੀ ਹੋਈ ਹੈ ਪਰ ਹੁਣ ਇੱਥੇ ਆਇਆ ਇੱਥੇ ਚੰਗੀ ਤਰ੍ਹਾਂ ਖਾ ਪੀ ਕੇ ਨਿਕਲਾਂਗੇ। ਸਹੀ ਗੱਲ ਹੈ। ਪੈਸਾ ਵਸੂਲ ਕਰਕੇ ਫਿਰ ਬਾਹਰ ਜਾਏਂਗੇ। ਹੁਣ ਆਪਾਂ 11 ਵਜੇ ਤੱਕ ਇੱਥੇ ਹੀ ਇੱਥੇ ਹੀ ਰਿਆਂ। ਬਸ ਠੀਕ ਹੈ ਫਿਰ ਅੱਜ ਆਪਾਂ ਕਿੱਥੇ ਪੈਨੇ ਆ? ਓਨਲੀ 3 ਮੈਂਬਰ ਤੇ ਆਰਡਰ ਕਰੇਗੇ। ਬਸ ਕਿਆ ਰਹੇਗਾ ਤਾਂ ਬੇ ਨੌਨ ਵੇਜ ਦੋ ਨੌਨ ਵੇਜ ਠੀਕ ਹੈ। 2 ਮਿੰਟ ਦੀ ਦੇਗਾ ਆਪਾਂ ਪੂਰਾ ਟੇਬਲ ਰੈਡੀ ਕਰ ਦਵਾਂਗੇ। ਸੌਰੀ 2 ਮਿੰਟ ਦੀ ਦੇਗਾ ਆਪਾਂ ਪੂਰਾ ਟੇਬਲ ਰੈਡੀ ਕਰ ਦਵਾਂਗੇ। ਮੈਂ ਕਹਿ ਰਹੀ ਸੀਗੀ ਅੱਜ ਆਪਾਂ ਕਿੱਥੇ ਰੁਕਦੇ ਆ? ਅੱਜ ਆਪਾਂ 11 ਵਜੇ ਤੱਕ ਰੁਕਣਾ ਹੈ। ਸਹੀ ਗੱਲ ਹੈ। ਬਸ ਹੈ ਅੱਜ ਨਹੀਂ ਰੁਕਣਾ ਅੱਜ ਤਿੰਨਾਂ ਨੂੰ ਚਾਬੀ ਲੱਗ ਜਾਣੀ ਹੈ। ਚਲੋ ਬਾਕੀ ਆਪਾਂ ਵੇਖਦੇ ਹਾਂ ਹਨਾ। ਸੋ ਗਾਈਸ ਸਟਾਰਟਰ ਵਗੈਰਾ ਅਸੀਂ ਖਾ ਲਏ ਨੇ ਤੇ ਹੁਣ ਬੱਸ ਹੋ ਰਹੀ ਹੈ ਇਹਦੇ ਵਿੱਚ ਹੀ ਹਨਾ।
ਹਨੀ ਚਿਲੀ ਕੋਲੀਫਲਾਵਰ ਅੱਛਾ ਤੇ ਉਹ ਨਾ ਸਾਨੂੰ ਦੇ ਰਹੇ ਸੀ ਨਾ ਇਹਨੂੰ ਪੁੱਛਦਾ ਰਹੇ ਮੈਂ ਇਹ ਮੈਡਮ ਦੀ ਅੱਗੇ ਮੈਡਮ ਦੀ मैडम जी अपनी ड्रिंक एंजॉय कर रहे सी वो जस्ट कह रहे भैया इनको सुनता नहीं है भैया एक बारी तू ही अब क्या के बखाओ तानू कह रही हां एक बारी तू सी क्या के बखाओ कि इनको सुनता नहीं वो आया उन्होंने क्या कह रहे मैं को हंस के कर रहा है मेरा मैंने मैं चलो कोई नहीं तो ही करो इग्नोर इस तो बाद असि सीधा रोटी खावांगे नहीं इस गल नो यार मैं भैया दी गल नहीं सी कीती केड़िया एदे ना कुछ नहीं होना एदे ना प्ला गो अच्छा गोल गप्पा मारो मेरा कुछ नहीं लाना एदे जाएगा भी इधर तैयारियां च ने वैसे मैनू भुख नहीं हैगी हुण पर दीदी कहंदे कि खा लै ओके ते आपां देखदे आं हुण की हैगा आपां सर्व वगैरह कर लीए फिर मिलदे आं सो गाइस कल बारबेक्यू तो असी घर आ चुके सीगे बट असी ज़्यादा व्लॉग नहीं बनाया क्योंकि असी अपना ही इंजॉय करते पाए सीगे ते उस तो बाद असी भुल गए थकावट करके ते हुण अगले दिन एंड करते पे आ व्लॉग दा ते जे तुहानू ये व्लॉग वधिया लगा तो व्लॉग नू लाइक कमेंट शेयर कर दिओ ते चैनल नू सबसक्राइब भी कर दिओ ते असी मिलांगे नैक्सट व्लॉग च बाय बाय।